ਵੇਖ ਲਓ ਯਾਰ, ਜੇ ਕਹਿੰਦੇ ਇੱਥੇ ਹੋਣਗੇ ਟੇਬਲ ਟੂਬਲ ਥੱਲੇ, ਵੇਖ ਲਓ ਮਾੜਾ ਜਿਹਾ ਥੋੜਾ ਨੀਵਾ ਰੱਖਿਓ, ਥੋੜਾ ਜਿਹਾ ਨਾ ਕਰੋ ਯਾਰ, ਬਾਹਰ ਮਾੜੀ ਜੀ ਟੇਬਲ ਥੱਲੇ ਸਰ, ਸੁਪਰੇ ਸਾਹਿਬ ਬੈਠੇ ਰਹੋ, ਵੇਖ ਲਓ ਯਾਰ, ਜੇ ਕਹਿੰਦੇ ਇੱਥੇ ਹੋਣਗੇ ਟੇਬਲ ਟੂਬਲ ਥੱਲੇ, ਵੇਖ ਲਓ ਮਾੜਾ ਜਿਹਾ ਕਾਗਜ਼ ਭਰਨ ਦਾ ਸਥਾਨ ਤੁਹਾਡਾ ਵੀਡੀਓ ਦਫ਼ਤਰ ਹੈਗਾ ਨਾ ਜੀ? ਕੌਣ ਹੈ ਜੀ ਉਹਨਾਂ ਦਾ ਆਰ ਓ? ਕਿੱਥੇ ਆ ਦੱਸੋ, ਜੇ ਕਾਗਜ਼ ਭਰਨ ਆਵੇ ਕੋਈ ਆਰ ਓ ਹੀ ਹੈ ਨੀ ਇੱਥੇ? ਆਰ ਓ ਦਾ ਜਿਹੜਾ ਨੰਬਰ ਲਿਸਟ 'ਤੇ ਦਿੱਤਾ, ਨੰਬਰ ਗਲਤ ਹੈ, ਕਿਸੇ ਨੂੰ ਹੋਰ ਫੋਨ ਕਰ ਲਓ, ਚੱਕਦਾ ਕੋਈ ਹੋਰ ਹੈ। ਆਹ ਸਰਪੰਚ ਸਾਹਿਬ ਹੋਰੀ ਖੜੇ ਆ ਭੋਲੂ ਵਾਲੇ ਦੇ, ਇਹ ਆਪਦੇ ਕਾਗਜ਼ ਭਰਨ ਆਏ ਹੈ, ਕਿਹਦੇ ਕੋਲੇ ਭਰਨ ਜੀ ਦੱਸੋ? ਸਾਨੂੰ 3 ਦਿਨ ਹੋ ਗਏ ਗੇੜੇ ਮਾਰਦਿਆਂ ਨੂੰ, ਘੰਟੇ ਨੂੰ ਦਿੰਦੇ ਹਾਂ ਲਿਸਟਾਂ, ਸ਼ਾਮ ਨੂੰ ਦਿੰਦੇ ਹਾਂ, ਸਵੇਰੇ ਦਿੰਦੇ ਹਾਂ, 3 ਦਿਨ ਹੋ ਗਏ ਭਗਾਈ ਕਰੀ ਜਾਂਦਿਆਂ ਨੂੰ, ਸਾਨੂੰ ਵੋਟਰ ਲਿਸਟਾਂ ਨਹੀਂ ਦੇ ਰਹੇ। ਵੋਟਰ ਲਿਸਟਾਂ ਜੇ ਦੇਣਗੇ ਤਾਂ ਕਾਗਜ਼ ਫੇਰ ਹੀ ਭਰਾਂਗੇ। ਕਾਗਜ਼ ਭਰਨ ਦੀ ਡੇਟ ਸ਼ੁਰੂ ਹੋ ਗਈ ਅੱਜ, ਪਰ ਵੋਟਰ ਲਿਸਟਾਂ ਹੈ ਹੀ ਨਹੀਂ ਤਾਂ ਬੰਦੇ ਕਾਗਜ਼ ਕਾਹਦੇ ਨਾਲ ਭਰਨ? ਅੱਜ ਨੋਮੀਨੇਸ਼ਨ ਭਰਨੇ ਸੀ, ਜਿਹੜੀਆਂ ਵੋਟਰ ਸੂਚੀਆਂ ਸਾਨੂੰ ਅਜੇ ਤੱਕ ਨਹੀਂ ਮਿਲੀਆਂ ਸੀ, ਅਤੇ ਨਾ ਹੀ ਸਾਨੂੰ ਇਹ ਪਤਾ ਲੱਗਿਆ ਸਾਡਾ ਪਿੰਡ ਜਰਨਲ ਵਾਰਡ ਕਿਹੜੀ ਹੈ ਅਤੇ ਰਿਜ਼ਰਵ ਵਾਰਡ ਕਿਹੜੀ ਹੈ। ਅਸੀਂ ਸੁਬਾਹ ਦੇ ਇੱਥੇ ਬੈਠੇ ਹਾਂ, ਸਾਨੂੰ ਕੋਈ ਵੋਟ ਸੂਚੀ ਨਹੀਂ ਮਿਲੀ। ਅਸੀਂ ਕੱਲ੍ਹ ਵੀ ਆ ਕੇ ਵੀਡੀਓ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਵੋਟਰ ਸੂਚੀ ਦਿੱਤੀ ਜਾਵੇ, ਉਹ ਕਹਿੰਦੇ ਵੀ ਸ਼ਾਮ ਤੱਕ ਤਿਆਰ ਹੋ, ਸੁਬਾਹ ਮਿਲੂ। ਨੋਮੀਨੇਸ਼ਨ ਅੱਜ 27 ਤਰੀਕ ਨੂੰ ਭਰਨੇ ਸੁਬਾਹ 10 ਵਜੇ, ਹਜੇ ਤੱਕ ਕੋਈ ਸਾਡੇ ਕੋਲ ਵੋਟਰ ਸੂਚੀ ਨਹੀਂ, ਸਾਨੂੰ ਇਹ ਨਹੀਂ ਪਤਾ ਰਿਜ਼ਰਵ ਹੈ ਕਿ ਜਰਨਲ। ਦੂਜੀ ਗੱਲ ਇਹ ਹੈ ਵੀ ਜਦੋਂ ਪਹਿਲਾਂ ਵਾਰਡਬੰਦੀ ਹੋਈ ਹੈ, ਉਹ ਵਾਰਡਬੰਦੀਆਂ ਵੋਟਾਂ ਜਿਹੜੀਆਂ ਬਣੀਆਂ ਉਹ ਵੀ ਗਲਤ ਬਣੀਆਂ, ਵੀ ਉਹ ਐਲੀਗੇਸ਼ਨ ਲਾਇਆ ਸੀ ਵੋਟਾਂ ਇਹਨਾਂ ਨੇ, ਵੋਟਰ ਸੂਚੀ ਵਾਰਡ ਮੁਤਾਬਕ ਸੂਚੀਆਂ ਸਹੀ ਨਹੀਂ ਬਣਾਈਆਂ। ਜੋ ਸਾਨੂੰ ਵੋਟਰ ਸੂਚੀ ਸਾਡੇ ਕੋਲ ਪੁਰਾਣੀ ਹੈ, ਇਹ ਜਿਹੜੀ ਇੱਦੂ ਪਹਿਲਾਂ ਇਹਨਾਂ ਨੇ ਜਾਰੀ ਕੀਤੀ ਹੈ, ਉਹ ਸਾਡੇ ਕੋਲ ਹੈ, ਹੁਣ ਇਹਦੇ ਮੁਤਾਬਕ ਹੀ ਵਾਰਡ ਬਦਲਤੀ ਹੈ। ਸਾਨੂੰ ਉਹ ਇੱਕ ਲਿਸਟ ਪੜ੍ਹੀ ਆ, ਉਹ 'ਤੇ ਆਇਆ ਜਿਹੜੀ 1 ਨੰਬਰ, ਉਹਨੂੰ 4 ਬਣਾਈ ਬੈਠੇ, 4 ਨੂੰ 7 ਬਣਾਈ ਬੈਠੇ ਆ, ਕਿਉਂਕਿ ਇਹ ਸੁਬਾਹ ਇਕੱਠ ਕਰਕੇ ਪਿੰਡ ਦੇ ਮੈਂਬਰ ਸਰਪੰਚ ਚੁਣਨ ਦਾ ਕਹਿਤਾ ਵੀ ਇਸ ਵਾਰਡ 'ਚ ਆ ਖੜੂਗਾ, ਉਹਨੂੰ ਵੇਖਦੇ ਹੋਏ ਅੱਜ ਇਹਨਾਂ ਨੇ ਹੁਣੇ ਦੁਪਹਿਰ ਸ਼ਾਮ ਨੂੰ ਸੁਬਾਹ ਹੀ ਸ਼ੁਰੂ ਕੀਤਾ, ਉਹ ਵਾਰਡਾਂ ਦੀ ਅਦਲਾ ਬਦਲੀ ਕਰਤੀ, ਜਿਹੜੇ ਕੋਈ ਰਿਜ਼ਰਵ ਬੰਦਾ ਠੱਲੇ ਉਹਨੂੰ ਜਰਨਲ ਕਰਤਾ, ਜਰਨ ਨੂੰ ਰਿਜ਼ਰਵ ਕਰਤਾ। ਅੱਜ ਤੱਕ ਇੰਨੀਆਂ ਸਰਕਾਰਾਂ ਆਈਆਂ, ਕਿਸੇ ਨੇ ਇੰਨਾ ਗੰਦ ਨਹੀਂ ਪਾਇਆ ਸੀ, ਮੈਂ ਗੰਦ ਕਹੂੰਗਾ ਵੀ ਸਾਫ਼ ਸੁਥਰਾ ਕੰਮ ਨਹੀਂ ਕਹੂੰਗਾ, ਕਿਉਂਕਿ ਬੰਦਿਆਂ ਨੇ ਅੱਜ ਨੋਮੀਨੇਸ਼ਨ ਭਰਨਾ ਹੋਵੇ, ਉਹਨਾਂ ਕੋਲ ਡਾਕੂਮੈਂਟ ਨਾ ਹੋਵੇ, ਕਿੱਥੋਂ ਬੰਦਾ ਇਲੈਕਸ਼ਨ ਲੜੂਗਾ? ਸਰਕਾਰ ਦੀ ਇੱਕ ਨੀਅਤ ਹੈ ਵੀ ਉਹਨਾਂ ਨੇ ਆਪਦੇ ਬੰਦਿਆਂ ਨੂੰ ਪਹਿਲਾਂ ਹੀ ਸਾਰੇ ਕੰਮ ਜਿਹੜੇ ਕਾਗਜ਼ ਪੱਤਰ ਆ ਪ੍ਰੋਵਾਈਡ ਕਰਾਤੇ ਆ, ਵੀ ਹੋਰ ਕੋਈ ਬੰਦਾ ਇਹਨਾਂ ਦੇ ਮੁਕਾਬਲੇ ਖੜ ਨਾ ਸਕੇ। ਸਾਰੇ ਦਫ਼ਤਰਾਂ ਧੱਕੇ ਖਾ ਕੇ NOC ਨੇ ਮਿਲਦੀਆਂ, ਕਿਸੇ ਨੂੰ ਕੁਛ ਨਹੀਂ ਮਿਲਦਾ, ਜਿਵੇਂ ਵੋਟਰ ਸੂਚੀਆਂ ਨੇ ਮਿਲਦੀਆਂ, ਆਪਾਂ ਵੀਡੀਓ ਦਫ਼ਤਰ ਖੜੇ ਹਾਂ, ਤੁਸੀਂ ਹਾਲ ਵੇਖ ਲਿਆ ਨਹੀਂ? ਇੱਥੇ ਇਕੱਲੇ ਸੈਕਟਰੀ ਸਾਹਿਬ ਬੈਠੇ ਆ ਜਿਹੜੀਆਂ ਵੋਟਰ ਸੂਚੀਆਂ ਨੂੰ ਸੈੱਟ ਕਰ ਰਹੇ ਵੀ ਇੱਧਰ ਦੇਣੀ ਉੱਧਰ ਦੇਣੀ ਹੈ, ਨਾ ਇੱਥੇ ਸਾਨੂੰ ਵੀਡੀਓ ਸਾਹਿਬ ਮਿਲੇ ਆ, ਨਾ ਸੁਪਰਡੈਂਟ ਸਾਹਿਬ ਮਿਲੇ ਆ, ਉਹ ਉਹਨਾਂ ਨੂੰ ਪਿਣਕ ਪੈ ਗਈ ਵੀ ਪਤਾ ਲੱਗ ਗਿਆ, ਬਹੁਤ ਜ਼ਿਆਦਾ ਫਰਕ ਪਊਗਾ ਜੀ ਇਹਨਾਂ ਦੇ ਬਣਨ ਦਾ ਮਨਸੂਬਾ ਬਣ ਗਿਆ ਉਹਨਾਂ ਦਾ, ਸਾਡੇ ਹੀ ਬੰਦੇ ਕੈਂਡੀਡੇਟ ਬਣਨ, ਹੋਰ ਕਿਸੇ ਪਾਰਟੀ ਦਾ ਜਾਂ ਹੋਰ ਕੋਈ ਬੰਦਾ ਜਿਹੜਾ ਚਾਹਵਾਨ ਹੈ ਉਹ ਕੋਈ ਸਰਪੰਚ ਮੈਂਬਰ ਨਾ ਬਣ ਸਕੇ। ਜਿਹੜੇ ਸਰਪੰਚ ਮੈਂਬਰੀ ਚੋਣ ਹੁੰਦੀ ਹੈ, ਇੱਕ ਪਿੰਡ ਦਾ ਪ੍ਰੱਪਾ ਹੁੰਦਾ, ਇਹਦੇ 'ਚ ਕੋਈ ਬਹੁਤਾ ਬੰਦਾ ਅਕਾਲੀ ਜਾਂ ਕਾਂਗਰਸੀ ਜਾਂ ਆਪਾਂ ਆਮ ਆਦਮੀ ਪਾਰਟੀ ਕੋਈ ਪਾਰਟੀ ਰਿਲੇਟਡ ਨਹੀਂ ਹੁੰਦਾ, ਪਰ ਇਹਨਾਂ ਨੇ ਇੱਕ ਥਾਪੇ ਹੋਏ ਆ ਵੀ ਅਸੀਂ ਆਹ ਹੀ ਬੰਦੇ ਨਿਯੁਕਤ ਕਰਾਂਗੇ, ਹੋਰ ਕੋਈ ਬੰਦਾ ਜਿਹਨੂੰ ਪਿੰਡ ਚੁਣਨ ਵਾਲਾ ਹੋਵੇ ਉਹਨੂੰ ਚੁਣ ਕੇ ਰਾਜੀ ਨਹੀਂ। ਜਿਵੇਂ ਤੁਸੀਂ ਐਗਜ਼ਾਮਪਲ ਮੇਰੇ ਪਿੰਡ 'ਤੇ ਲਾ ਲਓ, ਜੇ ਸਹੀ ਚੋਣ ਹੁੰਦੀ ਹੈ ਤਾਂ ਲੋਕ ਉਹਨੂੰ ਚੁਣਨਗੇ ਜਿਹਦਾ ਮਗਰ ਵੀ ਉਹ ਚਾਹੁੰਦੇ ਹੋਣ ਪਿੰਡ ਨੂੰ, ਪਰ ਇਹ ਚਾਹੁੰਦੇ ਵੀ ਸਾਡੇ ਥਾਪੇ ਹੋਏ ਬੰਦੇ ਬਣਨ ਅਤੇ ਲੋਕ ਚੁਣ ਨਾ ਸਕਣ, ਅਸਲ ਚੋਣ ਨਾ ਹੋ ਸਕਣ। ਦੇਖੋ ਇੱਕ ਮਸਲਾ, ਇੱਥੇ ਕਈ ਇਸ਼ੂਜ਼ ਹੈ, ਮੈਂ 1 ਬਾਏ 1 ਉਹਨਾਂ ਨੂੰ ਫਲੈਗ ਕਰਦਾ। ਇੱਕ ਵੱਡਾ ਮਸਲਾ ਜਿਹਦੇ 'ਚ ਤੁਸੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਜਿਹਨੂੰ ਆਪਾਂ ਕਹਿ ਦਈਏ ਇੱਕ ਡੈਮੋਕ੍ਰੈਟਿਕ ਰਾਈਟ ਦਾ ਗਲਾ ਘੋਟਣ ਦਾ ਕੰਮ ਹੋ ਰਿਹਾ। ਅਸੀਂ
ਬੀਡੀਓ ਦਫ਼ਤਰ ਦੇ ਵਿੱਚ ਬੈਠੇ ਹਾਂ ਕੰਪਲੈਕਸ ਦੇ ਵਿੱਚ, ਕਿਉਂ ਜੀ ਠੀਕ ਬੈਠੇ ਹਾਂ ਨਾ ਜੀ, ਬੀਡੀਓ ਦਫ਼ਤਰ 'ਚ ਹੀ ਬੈਠੇ ਹਾਂ। ਸਾਡੇ ਤਕਰੀਬਨ 8 ਪਿੰਡਾਂ ਦਾ, 7 ਪਿੰਡਾਂ ਦਾ ਰਿਟਰਨਿੰਗ ਆਫਿਸਰ ਬੀਡੀਓ ਆਫਿਸ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ, ਰਿਟਰਨਿੰਗ ਆਫਿਸ ਦਾ ਆਫਿਸ, ਰਿਟਰਨਿੰਗ ਆਫਿਸਰ ਦਾ ਆਫਿਸ। ਰਿਟਰਨਿੰਗ ਆਫਿਸਰ ਹੈ ਲਵਕੇਸ਼ ਕੁਮਾਰ, SDO ਵਾਟਰ ਸਪਲਾਈ ਐਂਡ ਸੈਨੀਟੇਸ਼ਨ ਆ, ਸੀਵਰੇਜ ਬੋਰਡ ਵਾਲੇ। ਉਹ ਪਿੰਡ ਸਾਡੇ ਭੋਲੂ ਵਾਲੇ, ਦੋਨੋਂ ਸਾਡੀ ਪਿਪਲੀਆਂ, ਪਹਿਲੂ ਵਾਲਾ, ਦੋਨੋਂ ਭਾਗ ਥੱਲੇ ਮੱਲੇ ਵਾਲਾ, ਇਹ ਸਾਰੇ ਪਿੰਡਾਂ ਦਾ ਰਿਟਰਨਿੰਗ ਆਫਿਸਰ BDO ਆਫਿਸ ਦੇ ਵਿੱਚ ਲਵਕੇਸ਼ ਕੁਮਾਰ, SDO ਵਾਟਰ ਸਪਲਾਈ ਐਂਡ ਸੀਵਰੇਜ ਬੋਰਡ। ਆਹ ਉਹਦਾ ਨੰਬਰ ਦਿੱਤਾ ਥੱਲੇ, ਤੁਸੀਂ ਸਾਰੇ ਦਫ਼ਤਰ 'ਚ ਮੈਨੂੰ ਛਾਣਬੀਨ ਕਰਕੇ ਦਿਖਾ ਦਿਓ ਕਿੱਥੇ ਹੈ ਜੀ ਰਿਟਰਨਿੰਗ ਆਫਿਸਰ। ਅੱਜ ਨੋਮੀਨੇਸ਼ਨ ਭਰਨ ਦਾ ਤਰੀਕ ਸ਼ੁਰੂ ਹੋ ਗਈ ਹੈ, ਇਨਫੈਕਟ ਅੱਜ ਦੇ ਦਿਨ ਦੀ ਨੋਮੀਨੇਸ਼ਨ ਤਾਂ ਮੁੱਕਣ ਵਾਲੀ ਆ, 2:05 ਹੋ ਗਿਆ, 27 ਤਰੀਕ ਹੈ। ਸਰਪੰਚ ਸਾਹਿਬ ਹੋਰੀ ਸਾਡੇ ਭੋਲੂ ਵਾਲੇ ਤੋਂ ਨੋਮੀਨੇਸ਼ਨ ਆਪਦੀ ਭਰਨ ਆਏ ਹੈ। ਕਿਹਦੇ ਕੋਲ ਭਰਨ ਜੀ ਨੋਮੀਨੇਸ਼ਨ? ਅੱਗੇ ਸੈਟਰਡੇ ਸੰਡੇ ਕਹਿੰਦੇ ਛੁੱਟੀ ਹੈ, ਦਫ਼ਤਰ ਬੰਦ ਹੈ। ਸੋ ਨੋਮੀਨੇਸ਼ਨ ਭਰਨ ਦੀ ਜਿਹੜੀ ਜਗ੍ਹਾ ਹੈ, ਜਿਹੜਾ ਆਫਿਸ ਹੈ, ਉਹਦੇ 'ਚ ਰਿਟਰਨਿੰਗ ਆਫਿਸਰ ਹੀ ਹੈ ਨਹੀਂ, ਕੋਈ ਸਟਾਫ ਹੀ ਹੈ ਨਹੀਂ, ਦੇਰ ਇਜ਼ ਨੋ ਬਡੀ ਟੂ ਰਿਸੀਵ ਦੀ ਨੋਮੀਨੇਸ਼ਨ। ਕਿੱਥੇ ਹੈ ਜੀ ਨੋਮੀਨੇਸ਼ਨ ਭਰਨ, ਦੱਸੋ ਫਿਰ ਇਹ ਕੀ? ਇਹਦਾ ਮਤਲਬ ਇਹੀ ਹੈ ਕਿ ਤੁਸੀਂ ਫਰਜ਼ੀ ਦਫ਼ਤਰ ਬਣਾ ਤੇ, ਉਹੀ ਅਫਸਰਾਂ ਦੇ ਨਾਂ ਲਿਖਤੇ, ਅਤੇ ਨੋਮੀਨੇਸ਼ਨ ਐਕਸੈਪਟ ਕਰਨ ਵਾਸਤੇ ਕੋਈ ਹੈ ਨਹੀਂ? ਹੁਣ ਅੱਜ ਇਹ ਸਾਰੇ ਦਿਨ ਦੇ ਸਵੇਰ ਦੇ ਖੜ੍ਹੇ ਹੈ ਕਿ ਅਸੀਂ ਆਪਦੇ ਨੋਮੀਨੇਸ਼ਨ ਸਬਮਿਟ ਕਰਨੇ ਹੈ, ਕਿਹਦੇ ਕੋਲ ਕਰਨ ਜੀ? ਇਹ ਮੈਂ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਇਹਦੀ ਸ਼ਿਕਾਇਤ ਭੇਜਣ ਲੱਗੇ। ਦੂਸਰੀ ਵੱਡੀ ਪ੍ਰੋਬਲਮ, ਨੋਮੀਨੇਸ਼ਨ ਦਾ ਕੰਮ ਸ਼ੁਰੂ ਹੋ ਗਿਆ, ਹਜੇ ਤੱਕ ਪਿੰਡਾਂ ਦੇ ਵਿੱਚ ਮੈਂਬਰ ਪੰਚਾਇਤ ਦੇ ਜਿਹੜੇ ਵਾਰਡਸ ਰਿਜ਼ਰਵ ਹੋਣੇ ਹੈ, ਫਿਰ ਫੋਰ ਐਗਜ਼ਾਮਪਲ ਇੱਕ ਪਿੰਡ ਦੇ ਵਿੱਚ 7 ਵਾਰਡ ਹੈ, ਕਿਹੜਾ ਵਾਰਡ SC ਭਾਈਚਾਰੇ ਵਾਸਤੇ ਹੈ, ਕਿਹੜਾ ਵਾਰਡ SC ਲੇਡੀ ਵਾਸਤੇ ਹੈ, ਕਿਹੜਾ ਜਰਨਲ ਲੇਡੀ ਵਾਸਤੇ, ਅਤੇ ਕਿਹੜਾ ਜਰਨਲ ਬੰਦੇ ਵਾਸਤੇ ਹੈ? ਉਹ ਵਾਰਡਾਂ ਦੀ ਰਿਜ਼ਰਵੇਸ਼ਨ ਦੀ ਲਿਸਟ ਹੀ ਹੈ ਨਹੀਂ। ਅਸੀਂ ਬੈਠੇ ਹਾਂ ਘੰਟੇ ਤੋਂ ਉੱਪਰ, ਸਾਨੂੰ ਹੋ ਗਿਆ ਬੈਠਿਆਂ ਨੂੰ, BDO ਸਾਹਿਬ ਗਾਇਬ ਹੋ ਗਏ ਦਫ਼ਤਰ 'ਚੋਂ, ਹਜੇ ਤੱਕ ਵੋਟਰ ਸੂਚੀਆਂ ਨਹੀਂ ਮਿਲੀਆਂ 90% ਪਿੰਡਾਂ ਨੂੰ, ਕਿੱਥੇ ਭਰਨ ਜੀ ਨੋਮੀਨੇਸ਼ਨ? ਨੋਮੀਨੇਸ਼ਨ ਭਰਨੀ ਹੈ, ਵੋਟਰ ਨੰਬਰ ਭਰਨਾ ਪੈਂਦਾ, ਤੁਹਾਡੇ ਕੋਲ ਵੋਟਰ ਲਿਸਟ ਹੈ ਨਹੀਂ। ਜੇ ਤੁਸੀਂ ਮੈਂਬਰ ਪੰਚਾਇਤ ਦੀ ਇਲੈਕਸ਼ਨ ਲੜਨੀ ਹੈ, ਤੁਸੀਂ ਆਪਦੀ ਵਾਰਡ ਦੀ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਲੜਨਾ, SC ਵਾਰਡ ਦੇ ਵਿੱਚ SC ਭਾਈਚਾਰਾ ਹੀ ਲੜ ਸਕਦਾ, ਉਹਦੀ ਰਿਜ਼ਰਵੇਸ਼ਨ ਦੀ ਲਿਸਟ ਹੈ ਨਹੀਂ, ਕਿੱਥੇ ਭਰਨ ਜੀ ਨੋਮੀਨੇਸ਼ਨ? ਹੈ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ। ਨੋਮੀਨੇਸ਼ਨ ਦਾ ਪ੍ਰੋਸੀਜਰ ਸ਼ੁਰੂ ਹੋ ਗਿਆ, ਅੱਜ 2:07 ਹੋ ਗਏ, ਹੁਣ 27 ਤਰੀਕ ਦੇ, ਅੱਜ ਤਾਂ ਨੋਮੀਨੇਸ਼ਨ ਕਲੋਜ਼ ਹੋਣ ਵਾਲੀ ਹੈ ਪਹਿਲੇ ਦਿਨ ਦੀ, ਅਤੇ ਨੋਮੀਨੇਸ਼ਨਸ ਫਾਈਲ ਕਿਵੇਂ ਕਰਨ ਜਦੋਂ ਤੁਸੀਂ ਡਾਕੂਮੈਂਟਸ ਹੀ ਪ੍ਰੋਵਾਈਡ ਨਹੀਂ ਕਰਾ ਰਹੇ? ਕਿਸੇ ਨੂੰ NOCs ਨਹੀਂ ਦਿੱਤੀਆਂ ਜਾ ਰਹੀਆਂ, ਕਿਸੇ ਨੂੰ ਚੁੱਲ੍ਹਾ ਟੈਕਸ ਨਹੀਂ ਕੱਟਿਆ ਜਾ ਰਿਹਾ ਕਿਸੇ ਦਾ, ਕਿਸੇ ਨੂੰ ਵੋਟਰ ਲਿਸਟਾਂ ਨਹੀਂ ਪ੍ਰੋਵਾਈਡ ਹੋ ਰਹੀਆਂ, ਕਿਸੇ ਨੂੰ ਰਿਜ਼ਰਵੇਸ਼ਨ ਦੀ ਡਿਟੇਲ ਨਹੀਂ ਮਿਲ ਰਹੀ, ਅਤੇ ਫਿਰ ਇਹ ਜਿਹੜਾ ਟਕਵੰਜ ਹੈ ਕਿਉਂ ਰਚ ਰਹੇ ਆ, ਇਹ ਸ਼ੈਮ ਕਿਉਂ ਕਰ ਰਹੇ ਆ? ਅਤੇ ਇੱਦੂ ਤਾਂ ਫਿਰ ਨੋਮੀਨੇਟ ਕਰ ਦੇਣ ਸਰਪੰਚ ਅਤੇ ਮੈਂਬਰ ਪੰਚਾਇਤ ਲੋਕਾਂ ਨੂੰ, ਕਹਿਣ ਘਰ ਨੂੰ ਜਾਓ ਆਪਦਾ। ਸੋ ਅਸੀਂ ਇੱਕ ਵੱਡਾ ਧਰਨਾ ਰੱਖਾਂਗੇ ਸੋਮਵਾਰ ਨੂੰ, ਕਿਉਂਕਿ ਸੈਟਰਡੇ ਸੰਡੇ ਦਫ਼ਤਰ ਇਹ ਕਹਿੰਦੇ ਬੰਦ ਹੈ। ਸੋਮਵਾਰ ਨੂੰ ਵੱਡਾ ਧਰਨਾ ਰੱਖਾਂਗੇ ਅਤੇ ਇਹਨਾਂ ਨੂੰ ਮਜਬੂਰ ਕਰਾਂਗੇ, ਲੜਾਈ ਲੜਾਂਗੇ, ਇਲੈਕਸ਼ਨ ਕਮਿਸ਼ਨਰ ਨੂੰ ਅਪਰੋਚ ਕਰਾਂਗੇ, ਹਾਈਕੋਰਟ ਦੇ ਵਿੱਚ ਵੀ ਜਾਵਾਂਗੇ, ਹਰ ਪੱਧਰ 'ਤੇ ਲੜਾਈ ਲੜਾਂਗੇ, ਜੁਡੀਸ਼ੀਅਲ ਲੜਾਈ ਵੀ ਲੜਾਂਗੇ, ਆਪਦੀ ਐਗਜ਼ੈਕਟਿਵ ਕੋਲ, ਇਲੈਕਸ਼ਨ ਕਮਿਸ਼ਨਰ ਕੋਲ ਵੀ ਜਾਵਾਂਗੇ,
ਤੇ ਜਿਹੜੀ ਪੋਲੀਟੀਕਲ ਲੜਾਈ ਹੁੰਦੀ ਹੈ ਜ਼ਮੀਨ ਤੇ ਆ ਕੇ ਡੀਸੀ ਦਫ਼ਤਰ ਦਾ ਘਰਾਓ ਵੀ ਕਰਾਂਗੇ ਜਿੰਨਾ ਚਿਰ ਸਾਡੇ ਬੰਦਿਆਂ ਨੂੰ ਪ੍ਰੋਪਰ ਲਿਸਟਾਂ ਪ੍ਰੋਪਰ ਨੋਮੀਨੇਸ਼ਨ ਦਾ ਸਿਸਟਮ ਸਟ੍ਰੀਮਲਾਈਨ ਨਹੀਂ ਇਹਨਾਂ ਵੱਲੋਂ ਕੀਤਾ ਜਾਂਦਾ। ਮੌਜੂਦਾ ਸਰਕਾਰ ਦੇ ਬੰਦਿਆਂ ਕੋਲ ਤਾਂ 15-15 ਦਿਨ ਪਹਿਲਾਂ ਹੀ ਪਹੁੰਚ ਗਈਆਂ ਸੀ ਕਿਹੜਾ ਕਿਹੜਾ ਰਿਜ਼ਰਵ ਹੈ ਕਿਹੜਾ ਕਿਹੜਾ ਨਹੀਂ ਹੈ। ਇਹ ਤਾਂ ਓਪੋਜੀਸ਼ਨ ਪਾਰਟੀਜ਼ ਨੂੰ ਨਹੀਂ ਮਿਲ ਰਹੀਆਂ। ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਮੇਰੀਆਂ ਗੱਲਾਂ 'ਤੇ ਨਾ ਜਾਓ, ਸਾਰੇ ਦਫ਼ਤਰ 'ਚ ਜਿੰਨੇ ਮੁਲਾਜ਼ਮ ਹੈ ਤੁਸੀਂ ਬਾਈਟਾਂ ਲਿੱਤੀਆਂ, ਇੱਕ ਇੱਕ ਮੁਲਾਜ਼ਮ ਦੀ ਬਾਈਟ ਲਓ, ਲਿਸਟਾਂ ਪੁੱਛੋ ਉਹਨਾਂ ਨੂੰ ਕਿੱਥੇ ਹੈ ਜੀ। ਮੈਂ ਤਾਂ ਹੈਰਾਨ ਹੈ ਜੀ, ਇਲੈਕਸ਼ਨ ਕਮਿਸ਼ਨ ਨੇ 27 ਤਰੀਕ ਤੋਂ 4 ਤਰੀਕ ਤੱਕ ਕਿ 5 ਤਰੀਕ ਤੱਕ 4 ਤੱਕ ਨੋਮੀਨੇਸ਼ਨ ਦਾ ਸਮਾਂ ਰੱਖਿਆ ਅਤੇ 27 ਤਰੀਕ ਗਈ, ਅਸੀਂ ਨੋਮੀਨੇਸ਼ਨ ਕਿਵੇਂ ਭਰਾਂਗੇ। ਮੈਂ ਤਾਂ ਅਪੀਲ ਕਰਦਾ ਇਲੈਕਸ਼ਨ ਕਮਿਸ਼ਨਰ ਨੂੰ ਕਿ ਇਹਦਾ ਦਿਨ ਵੀ 2 ਦਿਨ ਵਧਾਏ ਜਾਣ ਨੋਮੀਨੇਸ਼ਨ ਦੇ। ਉਹੀ ਨਾ ਜੀ, 2 ਛੁੱਟੀਆਂ ਆ ਗਈਆਂ, ਫੋਰਮੈਲਿਟੀਜ਼ ਬਹੁਤ ਹੈ, ਕਿਵੇਂ ਪੂਰੀਆਂ ਕਰਾਂਗੇ ਅਸੀਂ। ਸੋ ਇਲੈਕਸ਼ਨ ਕਮਿਸ਼ਨਰ ਤੱਕ ਅਪਰੋਚ ਕਰਾਂਗੇ, ਮੈਂ ਹੁਣੇ ਖੁਦ ਪਰਸਨਲੀ ਗੱਲ ਵੀ ਕਰਨ ਲੱਗਿਆ ਇਲੈਕਸ਼ਨ ਕਮਿਸ਼ਨਰ ਨਾਲ। ਧੰਨਵਾਦ ਜੀ।